ਬਠਿੰਡਾ ਜ਼ਿਲ੍ਹਾ ਅਦਾਲਤ 'ਚ ਪੇਸ਼ੀ ਭੁਗਤਣਾ ਇੱਕ ਕੈਦੀ ਪੁਲਿਸ ਮੁਲਾਜ਼ਮ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਕੈਦੀ ਦੀ ਪਛਾਣ ਹਰਕਮਲ ਸਿੰਘ ਵਜੋਂ ਹੋਈ ਹੈ, ਜਿਸ ਨੂੰ ਬਠਿੰਡਾ ਕੇਂਦਰੀ ਜੇਲ੍ਹ 'ਚੋਂ ਪੇਸ਼ੀ ਲਈ ਲਿਆਂਦਾ ਗਿਆ ਸੀ। ਕੈਦੀ ਨੂੰ ਬਖਸ਼ੀਖਾਨੇ 'ਚ ਬੰਦ ਕਰਕੇ ਪੁਲਿਸ ਮੁਲਾਜ਼ਮ ਜਿਉਂ ਹੀ ਕੈਦੀ ਦੀਆਂ ਅੱਖਾਂ ਤੋਂ ਓਹਲੇ ਹੋਏ ਤਾਂ ਉਹ ਫਰਾਰ ਹੋ ਗਿਆ। ਅਸਲ 'ਚ ਪੁਲਿਸ ਮੁਲਾਜ਼ਮ ਬਖਸ਼ੀਖਾਨੇ ਦਾ ਦਰਵਾਜ਼ਾ ਬੰਦ ਕਰਨਾ ਭੁੱਲ ਗਏ ਸਨ ਅਤੇ ਉਹਨਾਂ ਇਹੀ ਗਲਤੀ ਦਾ ਫਾਇਦਾ ਚੁੱਕਿਆ ਅਤੇ ਬਖਸ਼ੀਖਾਨੇ 'ਚੋਂ ਛੂ ਮੰਤਰ ਹੋ ਗਿਆ। ਦੇਖੋ, ਕੈਦੀ ਦਾ ਨਾਂ ਹਰਕਮਲ ਸਿੰਘ ਸਨ ਆਫ ਸੁਰਿੰਦਰ ਸਿੰਘ ਵਾਸੀ ਪਰਸਰਾਮ ਨਗਰ ਸੀਗਾ ਅਤੇ ਇਹਨਾਂ ਨੂੰ ਜਿਹੜੇ ਸਾਡੇ ਸਵੇਰੇ ਮੁਲਾਜ਼ਮ ਹੈ ਪ੍ਰਿਜ਼ਨਰ ਵੈਨ ਦੇ ਵਿੱਚ ਇੱਥੇ ਬਖਸ਼ੀਖਾਨੇ ਦੇ ਵਿੱਚ ਬੰਦ ਕਰਤਾ ਸੀਗਾ ਕਰੀਬ 10:30-11 ਵਜੇ। ਉਸ ਤੋਂ ਬਾਅਦ ਸਾਨੂੰ ਚੈੱਕ ਕਰਨ 'ਤੇ ਪਤਾ ਲੱਗਿਆ ਵੀ ਇਹ ਜਿਹੜਾ ਬਖਸ਼ੀਖਾਨੇ ਦਾ ਜਿਹੜਾ ਲੋਕ ਬਾਈ ਚਾਂਸ ਕੋਈ ਖੁੱਲ੍ਹਾ ਰਹਿ ਸਕਦਾ, ਇਸ ਦੀ ਅਸੀਂ ਵੱਖਰੀ ਤਫਤੀਸ਼ ਕਰ ਰਹੇ ਹਾਂ ਅਤੇ ਕਿਸ ਮੁਲਾਜ਼ਮ ਦੀ ਨਲਾਇਕੀ ਹੈ ਜਾਂ ਨੈਗਲੀਜੈਂਸੀ ਹੈ ਉਹ ਅਸੀਂ ਚੈੱਕ ਕਰ ਰਹੇ ਹਾਂ ਅਤੇ ਉਹਦੇ ਖਿਲਾਫ਼ ਜਿਹੜਾ ਪਰਚਾ ਰਜਿਸਟਰ ਕਰ ਰਹੇ ਹਾਂ। ਪੁਲਿਸ ਮੁਲਾਜ਼ਮਾਂ ਦੀ ਗੈਰ ਜ਼ਿੰਮੇਵਾਰਾਨਾ ਰਵੱਈਏ ਕਰਕੇ ਇਹ ਫਰਾਰ ਹੋਇਆ ਕੈਦੀ ਮੁੜ ਕਦੋਂ ਜੇਲ੍ਹ ਦੀ ਹਵਾ ਖਾਏਗਾ, ਇਸ 'ਤੇ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ।